ਕਿਹੜੇ ਮੁੱਦੇ ਸ਼ੈਰੀ ਕਲਸੀ ਜੀ ਤੁਸੀਂ ਲੈ ਕੇ ਲੋਕਾਂ ਦੇ ਵਿੱਚ ਜਾਓਗੇ? ਕਿਉਂਕਿ 22 ਵਾਲੇ ਮੁੱਦੇ ਹੋਰ ਸੀ, ਹੁਣ 24 ਵਾਲੇ ਮੁੱਦੇ ਹੋਰ ਆ, ਸਮਾਂ ਬੀਤਿਆ, 2 ਸਾਲ ਬੀਤ ਗਏ, ਤੁਹਾਡੀ ਵੀ ਰਿਪੋਰਟ ਕਾਰਡ ਆ ਗਈ, ਕੀ ਸਮੇਂ ਤੋਂ ਕਿਹੜੇ ਐਸੇ ਮੁੱਦੇ ਨੇ ਜਿਹੜੇ ਲੋਕਾਂ 'ਚ ਲੈ ਕੇ ਜਾਓਗੇ ਤਾਂ ਲੋਕ ਤੁਹਾਨੂੰ ਵੋਟ ਪਾਉਣ? ਦੇਖੋ ਜੀ, ਜਿਹੜੇ ਮਾਣਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕੀਤੇ ਕੰਮ ਨੇ, ਆਪਾਂ ਉਹਨਾਂ ਨੂੰ ਲੈ ਕੇ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ। ਸੋ ਕਹਿਣ ਦਾ ਭਾਵ, ਜਦੋਂ ਦੀ ਸਰਕਾਰ ਬਣੀ ਹੈ, ਚਾਹੇ ਮਾਨ ਸਾਹਿਬ ਦਾ ਪੇਜ ਚੈੱਕ ਕਰ ਲਓ, ਚਾਹੇ ਮੈਂ ਕਹਿ ਸਕਦਾ ਵੀ ਉਹਨਾਂ ਦੇ ਕੀਤੇ ਹੋਏ ਕੰਮ, ਜੇ ਮੈਂ ਬਿਜਲੀ ਦੀ ਗੱਲ ਕਰਾਂ, ਅੱਜ ਮਾਨ ਨਾਲ ਇੰਨੀ ਗੱਲ ਕਹਿ ਸਕਦੇ ਹਾਂ, ਹਰ ਪਿੰਡਾਂ ਦੇ ਵਿੱਚ 85-85%, 90-90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ। ਲੋਕਾਂ ਦੇ ਟੈਕਸ ਦਾ ਪੈਸਾ ਮਾਨ ਸਾਹਿਬ ਨੇ ਲੋਕਾਂ ਨੂੰ ਵਾਪਸੀ ਕੀਤਾ। ਪਹਿਲੀਆਂ ਸਰਕਾਰਾਂ ਨੇ ਲੋਕਾਂ ਦੀਆਂ ਜੇਬਾਂ 'ਚੋਂ ਪੈਸਾ ਕਢਾਇਆ ਸੀ, ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕਾਂ ਦੇ ਹੱਕਾਂ ਲਈ ਲੋਕਾਂ ਦੀ ਰਾਖੀ ਕਰ ਰਹੀ ਹੈ। ਔਰ ਮੈਨੂੰ ਮਾਣ ਹੈ, ਅਸੀਂ ਮੁਹੱਲਾ ਕਲੀਨਿਕ ਬਣਾਏ, ਸਕੂਲ ਆਫ ਐਮੀਨੈਂਸ ਬਣਾ ਰਹੇ ਹਾਂ, ਜੇ ਕਿਹਾ ਸੀ ਵੀ ਇਹ ਇੱਕ ਵਿਧਾਇਕ ਦੀ ਇੱਕ ਪੈਨਸ਼ਨ ਹੋਊਗੀ ਉਹ ਕਰਕੇ ਵਿਖਾਲਤੀ, ਜੇ ਡਿਜੀਟਲ ਵਿਧਾਨ ਸਭਾ ਕਿਹਾ ਸੀ ਚਲਾ ਕੇ ਦੱਸਾਂਗੇ ਵੀ ਅੱਜ ਪੇਪਰਲੈਸ ਵਿਧਾਨ ਸਭਾ ਚਲਾ ਤੀ, ਜੇ ਮੈਂ ਗੱਲ ਕਰਾਂ ਕਿਸਾਨਾਂ ਦੀ, ਉਹ ਵੀ ਦਿਨ ਸੀ ਜਦੋਂ ਪਿੰਡਾਂ ਦੇ ਵਿੱਚ ਬੰਬੀਆਂ ਦੀਆਂ ਬੱਤੀਆਂ ਨਹੀਂ ਸੀ ਆਉਂਦੀਆਂ, ਅੱਜ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਬਿਜਲੀਆਂ ਬੰਦ ਕਰਨੀਆਂ ਪਈਆਂ। ਸੋ ਕਹਿਣ ਦਾ ਬਿਜਲੀ ਬੰਦ, ਮੋਟਰ ਬੰਦ ਕਰਨੀ ਪਈ ਆ ਇਸ ਹਿਸਾਬ ਦੀ। ਸੋ ਕਹਿਣ ਦਾ ਭਾਵ, ਕਈ ਐਸੇ ਮੁੱਦੇ ਨੇ ਜਿਹੜੇ ਮਾਨ ਸਾਹਿਬ ਨੇ ਜਿਹੜੇ ਹੱਲ ਕੀਤੇ ਨੇ ਲੋਕਾਂ ਦੇ, ਔਰ ਕਈ ਹਲੇ ਰਹਿੰਦੇ ਨੇ, ਕਿਉਂਕਿ ਲੋਕ ਵੀ ਸਮਝਦਾਰ ਨੇ ਵੀ ਇੰਨਾ ਸਮਾਂ ਆਪਾਂ ਅਕਾਲੀ ਦਲ, ਕਾਂਗਰਸ, BJP ਨੂੰ ਦੇ ਦਿੱਤਾ, ਸਾਨੂੰ ਤਾਂ 2 ਸਾਲ ਹੀ ਹੋਏ ਨੇ, 2 ਸਾਲ ਹੀ ਮਿਲੇ ਨੇ। 5 ਸਾਲਾਂ ਦੀ ਰਿਪੋਰਟ ਕਾਰਡ ਜਦੋਂ ਤੱਕ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਨੇ ਵਧੀਆ ਢੰਗ ਨਾਲ ਦੇਣਗੇ ਆਪਣੀ, ਲੋਕ ਆਪੇ ਅਗਲਾ ਫਤਵਾ ਦੇ ਦੇਣਗੇ ਜੀ। ਬਟਾਲੇ ਦੇ ਤੁਸੀਂ ਜੰਮ ਪਾ ਲਓ, ਬਟਾਲੇ ਨੇ ਤੁਹਾਨੂੰ ਵਿਧਾਇਕ ਬਣਾਇਆ 2,500 ਦੀ ਲੀਡ, ਮੇਰਾ ਖਿਆਲ ਆ ਕਿ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰਾਂ ਤਾਂ ਇੰਨੀ ਲੀਡ ਅੱਜ ਤੱਕ ਕਿਸੇ ਦੀ ਵੀ ਨਹੀਂ ਸੀ ਆਈ। ਔਰ ਬਟਾਲੇ ਦੇ ਕਿਸੇ ਵਿਅਕਤੀ ਨੂੰ ਟਿਕਟ ਮਿਲਣਾ ਔਰ ਇਲੈਕਸ਼ਨ ਲੜਨਾ, ਉਹ ਵੀ ਸੱਤਾਧਾਰੀ ਪਾਰਟੀ, ਵੱਡੀ ਗੱਲ ਆ। ਜੰਮਪਾਲ ਸੀ ਉੱਥੇ ਤਾਂ ਲੋਕਾਂ ਨਾਲ ਤੁਹਾਡਾ ਸੁਭਾਅ ਮਿਲਦਾ ਸੀ ਅਤੇ ਲੋਕਾਂ ਤੁਹਾਨੂੰ ਜਿਤਾ ਦਿੱਤਾ, ਪਰ ਹੁਣ ਜਿਹੜਾ MP ਦੀ ਟਿਕਟ ਆ ਇਸ ਜ਼ਿਲ੍ਹੇ ਦੇ ਵਿੱਚ, ਇਸ ਲੋਕ ਸਭਾ ਹਲਕੇ ਦੇ ਵਿੱਚ ਪਹਾੜੀ ਏਰੀਆ ਵੀ ਆ, ਨੀਮ ਪਹਾੜੀ ਵੀ ਆ, ਦਰਿਆ ਵੀ ਆ, ਕਿਸ਼ਤੀਆਂ ਵੀ ਇੱਥੇ ਚੱਲਦੀਆਂ, ਬਾਰਡਰ, ਸਭ ਤੋਂ ਵੱਡੀ ਗੱਲ ਕਿ ਬਾਰਡਰ 'ਤੇ ਬੈਠਾ ਦਾ ਇਹ ਜ਼ਿਲ੍ਹਾ ਵਾ। ਕਿਹੜੇ ਐਸੇ ਕੰਮ ਆ ਜਿਹੜੇ ਅਮਨਸ਼ੇਰ ਸਿੰਘ ਸ਼ੈਰੀਕਲਸੀ ਲੋਕਾਂ 'ਚ ਲੈ ਕੇ ਜਾਏਗਾ, ਵਾਅਦਾ ਕਰੇਗਾ ਔਰ ਲੋਕਾਂ ਕੋਲ ਵੋਟ ਮੰਗੇਗਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਪਿਛਲੇ ਕਈ ਦਹਾਕਿਆਂ ਤੋਂ ਗੁਰਦਾਸਪੁਰ, ਇਹ ਸਾਨੂੰ ਬਾਰਡਰ ਏਰੀਏ ਕਰਕੇ ਇੱਕ ਪਛੜਾ ਏਰੀਆ ਕਿਹਾ ਜਾਂਦਾ ਸੀ, ਇਹਦੀ ਆਵਾਜ਼ ਕਿਸੇ ਨੇ ਅੱਜ ਤੱਕ ਉੱਪਰ ਨਹੀਂ ਰੱਖੀ ਇਹਦੀ ਜੀ, ਬੜੇ ਦੁੱਖ ਦੀ ਗੱਲ ਹੈ। ਜੇ ਹਾਂ, ਹੁਣ BJP ਨੇ ਆਪਣਾ ਦਿੱਤਾ ਸੀ ਉਮੀਦਵਾਰ, ਲੋਕਾਂ ਨੇ ਦਿਲ ਖੋਲ੍ਹ ਕੇ ਵੋਟਾਂ ਪਾਈਆਂ, ਮੈਂ ਤਾਂ ਹੈਰਾਨ ਹਾਂ ਇਸ ਗੱਲ ਤੋਂ, BJP ਕਿਸ ਢੰਗ ਨਾਲ, ਕਿਸ ਵੋਟਾਂ ਵੀ ਲੋਕਾਂ ਕੋਲ ਵੋਟਾਂ ਕਿਸ ਮੂੰਹ ਨਾਲ ਮੰਗੂਗੀ? ਸੋ ਕਹਿਣ ਦਾ ਭਾਵ, ਜਿਹੜੇ ਗੁਰਦਾਸਪੁਰ ਲੋਕ ਸਭਾ ਦੇ ਕੰਮ ਰੁਕੇ ਨੇ, ਕਈ ਐਸੇ ਮੈਂ ਗੱਲ ਕਰਾਂ, ਜੇ ਧਾਰੀਵਾਲ ਦੀ ਉੱਥੇ ਇੱਕ ਮਿੱਲ ਸੀ ਬੜੀ ਵੱਡੀ, ਜੇ ਮੈਂ ਗੱਲ ਕਰਾਂ ਬਟਾਲੇ 'ਚ ਇੰਡਸਟਰੀ ਸੀ ਵੱਡੀ। ਸੋ ਕਹਿਣ ਦਾ ਭਾਵ, ਇੱਧਰ ਦੇਖਿਆ ਨਹੀਂ ਗਿਆ, ਗੁਰਦਾਸਪੁਰ ਵੀ ਪਛੜਿਆ ਰਹਿ ਗਿਆ ਸਾਡਾ, ਪਠਾਨਕੋਟ ਵੀ ਪਛੜਿਆ ਰਹਿ ਗਿਆ। ਔਰ ਵੱਡੀ ਗੱਲ ਦੁੱਖ ਦੀ ਇਹ ਹੈ, ਜਿਹੜੇ ਸਾਡੇ ਭੋਵਾ, ਸੁਜਾਨਪੁਰ, ਦੀਨਾਨਗਰ ਦੇ ਬਾਰਡਰ ਦੇ ਇਲਾਕੇ ਦੇ ਪਿੰਡ ਨੇ ਜਿਹੜੇ, ਉਹਨਾਂ ਨੂੰ ਸਿਰਫ ਇੱਕ ਬਾਰਡਰ ਕਰਕੇ ਡਿਵੈਲਪਮੈਂਟ ਪੱਖੋਂ ਜਿਹੜਾ ਪਿੱਛੇ ਰੱਖਿਆ ਗਿਆ। ਸੋ ਕਹਿਣ ਦਾ ਭਾਵ, ਐਸੇ ਕੰਮ ਕਰਾਂਗੇ ਜੀ, ਐਸੇ ਲੋਕ ਆਪ ਮਹਿਸੂਸ ਕਰਨਗੇ ਵੀ ਯਾਰ ਵਾਕਿਆ ਜੇ ਕਿਸੇ ਨੂੰ ਭੇਜਿਆ, ਆਪਣੇ ਬੱਚੇ ਨੂੰ ਭੇਜਿਆ, ਆਪਣੇ ਭਰਾ ਨੂੰ ਭੇਜਿਆ, ਤਾਂ ਵਾਕਿਆ ਸਾਡੇ ਗੁਰਦਾਸਪੁਰ ਦੀ, ਜ਼ਿਲ੍ਹੇ ਦੀ, ਸਾਡੇ ਗੁਰਦਾਸਪੁਰ ਲੋਕ ਸਭਾ ਦੀ, ਪਠਾਨਕੋਟ ਜ਼ਿਲ੍ਹੇ ਦੀ ਗੱਲ ਰੱਖ ਰਿਹਾ ਜੀ। ਮੁੱਖ ਵਿਰੋਧੀ ਪਾਰਟੀ ਕਿਹੜੀ ਹੈ, ਕਿਹਦੇ ਨਾਲ ਸਮਝਦੇ? ਕਿਉਂਕਿ ਚੁਤਰਫਾ ਮੁਕਾਬਲਾ ਹੋ ਗਿਆ,
ਕਿਤਨਾ ਸਮਝਦੇ ਹੋ ਕਿ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਪਾਰਟੀ ਹੈ ਜਿਹਦੇ ਨਾਲ ਮੁਕਾਬਲਾ ਕਹਿੰਦੇ? ਦੇਖੋ ਜੀ, ਲੋਕ ਡਿਸਾਈਡ ਕਰਦੇ ਹੁੰਦੇ ਨੇ, ਸੋ ਲੋਕਾਂ ਨੇ ਤਾਂ ਪਹਿਲਾਂ ਡਿਸਾਈਡ ਕਰਤਾ ਇਹ। ਤੁਹਾਡੇ ਸਾਹਮਣੇ BJP ਨੇ ਆਪਣੀ ਇਲੈਕਸ਼ਨ ਲੜੀ, ਅਕਾਲੀ ਦਲ ਨੇ ਆਪਣੀ ਲੜੀ, ਕਾਂਗਰਸ ਨੇ ਆਪਣੀ ਲੜੀ, ਲੋਕਾਂ ਨੇ ਡਿਸਾਈਡ ਕਰਤਾ ਸੀ। ਸੋ ਕਹਿਣ ਦਾ ਭਾਵ ਇਸ ਸਮੇਂ ਜਿਹੜੇ ਕੀਤੇ ਹੋਏ ਕੰਮ ਨੇ, ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਵੀ ਸਾਨੂੰ ਵੋਟ ਜਿਹੜੀ ਆ ਵੀ ਅਸੀਂ ਕਹਿੰਦੇ ਹਾਂ ਵੀ ਸਾਨੂੰ ਵੋਟ ਜਿਹੜੀ ਆ ਸਾਡੇ ਕੰਮ ਦੇ ਬਿਹਾਫ 'ਤੇ ਪਾਓ ਜੇ ਕੰਮ ਕੀਤੇ ਆ ਤਾਂ, ਔਰ ਮੈਨੂੰ ਮਾਣ ਆ ਲੋਕ ਜਿਹੜਾ ਫਤਵਾ ਸਾਨੂੰ ਕੰਮ ਦੇ ਬਿਹਾਫ 'ਤੇ ਦੇਣਗੇ। ਇਸ ਵਾਰ ਇੱਕ ਗੱਲ ਤਾਂ ਦੇਖਣ ਨੂੰ ਮਿਲੀ ਆ ਕਿ ਆਮ ਲੋਕਾਂ ਦੀ ਗੱਲ ਹਰ ਪਾਰਟੀ ਨੇ ਸੁਣੀ ਆ, ਚਾਹੇ ਆਮ ਆਦਮੀ ਪਾਰਟੀ ਆ, ਕਾਂਗਰਸ ਦਾ ਤਾਂ ਕੈਂਡੀਡੇਟ ਅਜੇ ਅਨਾਊਂਸ ਹੋਣਾ ਬਾਕੀ ਆ, ਲੇਕਿਨ ਭਾਜਪਾ ਜਿਹੜੀ ਕਿ ਹਰ ਵਾਰ ਫਿਲਮੀ ਸਿਤਾਰਾ ਲਿਆਉਂਦੇ ਸੀ, ਫਿਲਮੀ ਸਿਤਾਰੇ ਤੋਂ ਬਚਾਅ ਹੋ ਗਿਆ, ਇਸ ਗੱਲ ਦਾ ਕਿੰਨਾ ਕੁ ਸਮਝਦੇ ਹੋ ਕਿ ਲੋਕ ਸਭਾ ਦੇ ਲੋਕਾਂ ਨੂੰ ਫਾਇਦਾ ਮਿਲ ਸਕੇ? ਮੈਨੂੰ ਇਹ ਦੱਸਿਓ, ਇੱਕ ਸਨੈਰੀਓ ਵੇਖਦੇ ਨੇ ਜੀ, ਇਹ ਗੁਰਦਾਸਪੁਰੀਏ ਨੇ, ਇਹਨਾਂ ਨੂੰ ਐਕਟਰ ਦੇ ਦਿਓ, ਇਹਨਾਂ ਨੇ ਵੋਟ ਪਾ ਦੇਣੀ। ਪਹਿਲਾਂ ਵਿਨੋਦ ਖੰਨਾ, ਫਿਰ ਸੰਨੀ ਦਿਓਲ, ਫਿਰ ਜਾਖੜ ਸਾਹਿਬ, ਵੀ ਜਿਹੜੇ ਵੀ ਬਾਹਰੋਂ ਉਮੀਦਵਾਰ ਆਏ, ਇਹ ਪਹਿਲੀ ਦੇਣ ਆ, ਪਹਿਲੀ ਦੇਣ ਆ, ਕਿਉਂਕਿ ਐਰਕੀ ਇੱਥੋਂ ਦੇ ਲੋਕਾਂ ਨੂੰ ਮੌਕਾ ਮਿਲ ਰਿਹਾ। ਸੋ ਮੈਂ ਇੱਕ ਗੱਲ ਕਹਿ ਸਕਦਾ ਹਾਂ ਵੀ ਜੇ BJP ਦੀ ਤੁਸੀਂ ਗੱਲ ਕਰ ਰਹੇ ਹੋ, ਕਿੱਡਾ ਵੱਡਾ ਧੋਖਾ ਕੀਤਾ BJP ਨੇ 5 ਸਾਲ, ਉਹ 5 ਸਾਲ ਜਿਹੜਾ ਸਾਡਾ ਲੋਕ ਸਭਾ ਗੁਰਦਾਸਪੁਰ ਜਿਹੜੀ ਪਛਾਣ ਹੈਗੀ ਸਾਡੀ, ਮੈਨੂੰ ਇਹ ਦੱਸੋ ਉਹਦਾ ਹਰਜਾਨਾ ਦੇ ਦੂ। ਪਹਿਲੀ ਵਾਰ ਹੋਣਾ ਵਾ ਕਿ ਕਿਸੇ MP ਦੇ ਲਗਾਤਾਰ 5 ਸਾਲ ਹੀ ਪੋਸਟਰ ਲੱਗਦੇ ਰਹੇ ਗੁੰਮਸ਼ੁਦਗੀ ਦੇ। ਸੋ ਮੈਂ ਹੈਰਾਨ ਇਸ ਗੱਲ ਦਾ। ਮੈਂ ਅੱਗੇ ਵੀ ਮੈਂ ਇੱਕੋ ਗੱਲ ਕਹਿੰਦਾ, ਮੈਂ ਆਪਣੇ ਲੋਕਾਂ ਨੂੰ ਕਹਿੰਦਾ, ਮੈਂ ਕਹਿੰਦਾ ਯਾਰ ਵੋਟ ਉਹਨੂੰ ਪਾਇਆ ਕਰੋ ਜਿਹੜਾ ਤੁਹਾਡੇ ਵਿੱਚ ਰਹੇ, ਜਿਹੜਾ ਤੁਹਾਡੀ ਗੱਲਬਾਤ ਸੁਣੇ। ਇਹ ਨਹੀਂ ਵੋਟਾਂ ਪਈਆਂ ਉਹ ਤੋਂ ਬਾਅਦ ਤੁਸੀਂ ਕੌਣ ਅਤੇ ਮੈਂ ਕੌਣ, ਇਹੋ ਹੋਇਆ ਸਾਡੇ ਗੁਰਦਾਸਪੁਰ ਨਾਲ। ਔਰ ਫਿਰ ਇਹ ਐਡਾ ਵੱਡਾ ਧੋਖਾ ਜਿਹੜਾ, ਇਹ ਕਰਾਇਆ ਕਿੰਨੇ? ਜਦੋਂ ਸਾਨੂੰ ਪਤਾ ਸੀ ਆਪਾਂ ਬੰਬੇ ਤੋਂ ਲੈ ਕੇ ਆਪਾਂ ਉਮੀਦਵਾਰ ਉਤਾਰ ਦੇਣਾ, ਬਾਅਦ ਵਿੱਚ ਉਹਨੇ ਆਉਣਾ ਨਹੀਂ, ਠੀਕ ਆ, ਫਿਰ ਕਿੱਡਾ ਵੱਡਾ ਧੋਖਾ ਸਾਡੇ ਗੁਰਦਾਸਪੁਰ ਲੋਕ ਸਭਾ ਨਾਲ ਹੋਇਆ। ਅਤੇ ਇਹ ਹੁਣ BJP ਕਿਹੜੇ ਮੂੰਹ ਨਾਲ ਵੋਟਾਂ ਮੰਗੂ, ਕਿਹੜੇ ਮੂੰਹ ਨਾਲ? ਇਹ 5 ਸਾਲ ਜਿਹੜੇ ਲੋਕ ਸਾਡੇ ਤਰਸਦੇ ਰਹੇ, ਜਿਨ੍ਹਾਂ ਦੀਆਂ ਮੰਗਾਂ ਸੀ, ਆਵਾਜ਼ਾਂ ਸੀ, ਜਿਹੜੀਆਂ ਦਿੱਲੀ ਤੱਕ ਸਾਡੇ ਕਿਸਾਨਾਂ ਦੀਆਂ, ਸਾਡੇ ਸ਼ਹਿਰ ਵਾਸੀਆਂ ਦੀਆਂ ਆਵਾਜ਼ਾਂ ਸੀ, ਬੋਲ ਹੀ ਨਹੀਂ ਸਕਿਆ ਕੋਈ। ਇਹ ਕਿੰਨੇ ਕਰਾਇਆ BJP ਨੇ ਕੀਤਾ? 28,000-28,500 ਦੀ ਵੱਡੀ ਲੀਡ ਸੀ। ਕੀ ਲੱਗਦਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੀ ਜੇ ਨਿੱਜੀ ਰਾਜਨੀਤੀ ਦੇ ਵਿੱਚ ਝਾਤ ਮਾਰੀ ਜਾਵੇ, ਕੀ ਲੱਗਦਾ ਨਤੀਜੇ ਕਿੱਦਾਂ ਦੇ ਰਹਿਣਗੇ ਔਰ ਕਿੱਧਰ ਨੂੰ ਜਾਣਗੇ? ਮੈਨੂੰ ਮਾਣ ਹੈ ਇਸ ਗੱਲ ਦਾ ਜੀ, ਮੈਂ ਜਦੋਂ ਦੀ ਟਿਕਟ ਅਨਾਊਂਸ ਹੋਈ ਹੈ ਤਾਂ ਆਪ ਘੱਟੋ ਘੱਟ ਨਹੀਂ ਤਾਂ ਘੱਟ ਤੋਂ ਘੱਟ ਵੀ ਤੁਸੀਂ, ਤੁਹਾਨੂੰ ਮੈਂ ਦੱਸਾਂ ਤਾਂ ਮੈਂ 600-700 ਟੈਲੀਫੋਨ ਸੁਣ ਚੁੱਕਿਆ, ਜਿਹਦੇ ਵਿੱਚੋਂ ਇਹ ਲੜਾਈ ਮੇਰੀ ਨਹੀਂ ਹੈ, ਇਹ ਲੜਾਈ ਮੇਰੇ ਲੋਕਾਂ ਦੀ ਹੈ। ਮੈਨੂੰ ਜੇ ਕਾਬਲ ਕਰਨਗੇ, ਜੇ ਮੈਨੂੰ ਉਹਨਾਂ ਨੇ ਬਟਾਲੇ ਦੇ ਵਿੱਚ, ਬਟਾਲੇ ਦੇ ਲੋਕਾਂ ਨੇ ਕਾਬਲ ਕੀਤਾ, ਮੈਂ ਆਪਣੇ ਹਲਕੇ ਦੀ ਹਰ ਗੱਲ ਰੱਖੀ, ਪਿੰਡਾਂ ਦੀ ਗੱਲ ਰੱਖੀ, ਸਾਡੀ ਇੰਡਸਟਰੀ ਦੀ ਗੱਲ ਰੱਖੀ। ਔਰ ਜੇ ਮੈਨੂੰ ਗੁਰਦਾਸਪੁਰ ਲੋਕ ਸਭਾ ਦੇ ਲੋਕ ਮੈਨੂੰ ਕਾਬਲ ਕਰਦੇ ਨੇ ਤਾਂ ਮੈਂ ਇਹਨਾਂ ਦੀ ਵੀ ਜਿਹੜੀਆਂ ਵੀ ਸਮੱਸਿਆ, ਸਾਡੀਆਂ ਸਮੱਸਿਆ ਜਿਹੜੀਆਂ, ਉਹ ਜ਼ਰੂਰ ਆਪਾਂ ਉਹ ਆਪਣੀਆਂ ਮੰਗਾਂ, ਆਪਣੇ ਹੱਕ ਜਿਹੜੇ ਆ ਦਿੱਲੀ ਤੋਂ ਵਾਪਸੀ ਲੈ ਕੇ ਆਵਾਂਗੇ ਜੀ।